ਤੁਸੀਂ ਮੇਰਾ ਟ੍ਰੈਕਟਰ ਬਾਬਾ ਵੇ ਤਾਂ ਮੈਂ ਤੁਹਾਡੀ ਕੱਲੀ ਕੱਲੀ ਚੀਜ਼ ਬਣੂਗਾ ਤੁਹਾਨੂੰ ਮੈਨੂੰ ਸੰਦੂਕ ਦੀ ਚਾਬੀ ਦੋ ਨਹੀਂ ਮੈਂ ਕੱਲੇ ਕੱਲੇ ਦੀਆਂ ਕਿਡਨੀਆਂ ਖਾ ਜੂਗਾ ਤੁਹਾਨੂੰ ਮੈਂ ਦੱਸਾਂ ਇੱਧਰ ਥੱਲੇ ਉੱਤਰੋ ਹਾਂ ਓਏ ਕਿਉਂ ਸਾਰਿਆਂ ਨੂੰ ਤੂੰ ਠਿੱਕ ਕੀਤਾ ਮੇਰੇ ਨੇੜੇ ਰਹੀ ਤੈਨੂੰ ਮੈਂ ਦੱਸਾਂ ਮੁੱਕੀ ਮਾਰ ਕੇ ਦੰਦ ਕੱਢ ਉਤਰਾ ਬਾਬੇ ਮੈਨੂੰ ਕੀ ਲੋੜ ਆ ਬੋਕ ਦੇ ਸਿੰਘ ਨੂੰ ਹੱਥ ਲਾਉਣ ਦੀ ਮੈਨੂੰ ਮੇਰੀ ਚਾਬੀ ਦੇ ਦੇ ਬੁੜੀਆ ਤੈਨੂੰ ਮੈਂ ਦੱਸਾਂ ਮੇਰਾ ਦਿਮਾਗ ਖੜਾ ਕਰਤਾ ਸਾਰੀ ਉਮਰ ਕਮਾਈ ਮੈਂ ਕੀਤੀ ਹੁਣ ਤੂੰ ਰਾਣੀ ਬਣ ਕੇ ਬਹਿ ਗਈ ਸਮਝ ਆ ਗਈ ਮੈਂ ਕੱਲੇ ਕੱਲੇ ਦਾ ਸੀਡ ਕੱਢ ਦੂੰ ਗੁੱਡੜੀਆ ਮੈਨੂੰ ਮੇਰੀ ਚਾਬੀ ਖਾ ਲਾ ਬਾਪੂ ਖਾ ਲੈ ਚਟਨੀ ਲਾ ਲੈ ਆ ਭੂਤ ਨਿਕਲਿਆ ਨੀ ਕਾਹਨੂੰ ਨਿਕਲਿਆ ਆਹ ਦੇਖ ਲੈ ਕੀ ਲੱਛਣ ਕਰੀ ਜਾਂਦਾ ਜਵਾਕ ਦਾ ਢਿੱਡ ਸਾੜਤਾ ਬੇਬੇ ਹਲਕਿਆ ਫਿਰਦਾ ਬੁੱਢਾ ਮੈਨੂੰ ਤਾਂ ਦਸ ਦਿਨ ਨੂੰ ਵੀ ਸੰਗ ਲੱਗਦੀ ਹੈ ਪਰ ਇਹਨੂੰ ਭੌਂਕਦੇ ਨੂੰ ਸ਼ਰਮ ਨੀ ਆਈ ਮੈਨੂੰ ਕਹਿੰਦਾ ਭਗਤ ਦਾ ਕੀ ਪਤਾ ਕਦੋਂ ਆਉ ਤੇਰੇ ਤੇ ਮੈਂ ਹੀ ਚਾਦਰ ਪਾ ਦੇਣਾ ਸੱਚੀ ਹੋਰ ਕੀ ਮੈਂ ਝੂਠ ਬੋਲਦੀ ਹਾਂ ਆ ਚਾਦਰ ਵਾਲੀ ਗੱਲ ਸੱਚ ਹੈ ਓਏ ਹਾਂ ਸੱਚ ਹੈ ਇਹ ਚਕੜਾ ਝੂਠ ਹੈ ਜੱਟ ਦਾ ਜੋ ਜੀ ਕਰੂਗਾ ਜੱਟ ਕਰੂਗਾ ਜੇ ਜੱਟ ਦਾ ਚਾਦਰ ਪਾਉਣ ਜੀ ਕਰੂ ਜੱਟ ਚਾਦਰ ਵੀ ਪਾਊਗਾ ਠੰਡ ਸੀਗੀ ਭਾਬੀ ਤੋਂ ਚਾਦਰ ਮੰਗ ਲਈ ਇਹ ਚ ਝੂਠ ਬੋਲਣ ਵਾਲੀ ਕਿਹੜੀ ਗੱਲ ਹੈ ਕਮਲਾ ਟੱਬਰ ਤਾਈ ਇਹਨੂੰ ਕਿਸੇ ਹੋਰ ਸਾਧ ਨੂੰ ਚੈੱਕ ਕਰਾਉਣੇ ਆ ਆ ਦੁਖੀ ਕੀਤੇ ਪਏ ਆ ਬੁੜੇ ਨੇ ਤੁਸੀਂ ਤਿਆਰ ਹੋਵੋ ਬਾਕੀ ਮੇਰੇ ਤੇ ਛੱਡ ਦਿਓ ਕੀ ਕਸ਼ਟ ਹੈ ਬੱਚਾ ਸਾਡਾ ਬੜਾ ਹੁੰਦਾ ਜੀ ਇਹ ਚ ਬੱਲੇ ਹੋਏ ਤੁਹਾਡੇ ਅਖੇ ਬੜਾ ਆਉਂਦਾ ਐਡਾ ਸੌਖਾ ਨੀ ਜਾਂਦਾ ਮੈਂ ਆਪਾਂ ਇਹਨੂੰ ਫੜ ਕੇ ਨਾ ਬੋਤਲ ਚ ਬੰਦ ਕਰ ਦਿੰਨੇ ਨਾਲੇ ਐ ਕਿਵੇਂ ਪਾਲੇਗਾ ਬੋਤਲ ਚ ਤੂੰ ਹੈ ਹੈ ਮੈਂ ਪਾ ਕੇ ਦਿਖਾਉਣਾ ਬੜਾ ਕਰੰਟ ਹੈ ਤੇਰੇ ਚ ਤਾਂ ਚੱਲ ਭੋਰੇ ਚ ਚੱਲਦੇ ਆ ਜਾ ਮੈਂ ਨਹੀਂ ਜਾਣਾ ਹਾਏ ਲੈ ਦੱਸ ਕਿਵੇਂ ਡਰਦਾ ਹੈਗਾ ਮੈਂ ਕਿਹੜਾ ਡਾਕਟਰ ਆ ਵੀ ਤੇਰੇ ਟੀਕਾ ਲਾ ਦੂੰ ਚੱਲ ਆ ਜਾ ਭੋਰੇ ਚ ਚੱਲਦੇ ਆਪਾਂ ਚੱਲੀਏ ਹੈ ਨਹੀਂਗਾ ਬਾਪੂ ਗਿਆ ਗਿਆ ਚਲੋ ਚਲੋ ਚਲ ਆ ਜਾ ਨਾ ਦੇਖੋ ਜਾਣ ਕੇ ਮਚਲਿਆ ਹੋਇਆ ਗਾ ਇਹੋ ਜਿਹੀਆਂ ਰੂਹ ਨਾ ਪਿਆਰ ਨਾਲ ਕਾਬੂ ਨਹੀਂ ਆਉਂਦੀ ਗੱਲ ਸੁਣ
ਤੇਰਾ ਹੱਥ ਭਾਰੀ ਆ, ਸਖਤੀ ਨਾਲ ਪੇਸ਼ ਆਓ ਇਹਦੇ ਨਾਲ। ਬਾਬਾ ਜੀ ਜੇ ਫੇਰ ਵੀ ਤਾਂ ਮੋਮੋਜ਼ ਖਾਣ ਨੂੰ ਚਿੱਤ ਕਰੇ ਫੇਰ ਫੇਰ ਨਾ ਇਹਦੀ ਜੀਭ ਦੇ ਉੱਤੇ ਤੱਤਾ ਤੱਤਾ ਕੋਲਾ ਰੱਖ ਦਿਓ, ਕੋਈ ਡਿਮਾਂਡ ਪੂਰੀ ਨਹੀਂ ਕਰਨੀ ਇਸ ਦੁਸ਼ਟ ਦੀ। ਰੁਕ ਜਾ ਬੇ, ਖੜ ਜਾ। ਓ ਮਾਂ ਪੁੱਛੋ, ਭੋਲੇ ਲੋਕ ਆ, ਕਿਰਪਾ ਰੱਖਿਓ ਇਹਨਾਂ ਤੇ। ਕਿਰਪਾ ਕਰਾਉਂਦਾ ਹੈ ਵੀਰੇ? ਵੀਰੇ ਤੂੰ ਨਿੱਕਾ ਆ ਕਿ ਬਾਪੂ? ਯਾਰ ਮੈਨੂੰ ਤੇ ਬਾਪੂ ਲੱਗਦਾ। ਦੱਸ ਬੇਬੇ, ਬਾਪੂ ਆ ਗਿਆ? ਦੇਖ ਬਾਬੇ ਤਾਂ ਜੋ ਕਰਨਗੇ ਉਹ ਕਰਨਗੇ, ਤੁਸੀਂ ਨਾ ਇਹਦਾ ਨਾਲ ਨਾਲ ਡਾਕਟਰੀ ਇਲਾਜ ਵੀ ਕਰਵਾ ਕੇ ਦੇਖੋ, ਜੇ ਮੇਰੀ ਮੰਨੋ ਤਾਂ ਤੁਸੀਂ ਇਹਦੇ ਬਿਜਲੀਆਂ ਲਵਾ ਕੇ ਦੇਖੋ। ਗੁੱਡੀ ਮੈਨੂੰ ਜਰਾ ਘਰ ਤੱਕ ਛੱਡ ਦੇ ਪੁੱਤ। ਹਾਂਜੀ। ਸ਼ਾਬਾਸ਼। ਮੈਡਮ ਕੰਮ ਹੋ ਗਿਆ ਜੀ ਤੁਹਾਡਾ। ਸ਼ੁਕਰੀਆ ਜਸਬੀਰ ਜੀ, ਪੱਕਾ ਨਾ? ਮੈਡਮ ਤੁਸੀਂ ਜਮਾ ਚਿੰਤਾ ਨਾ ਕਰੋ, ਅਸੀਂ ਰਾਤ ਤੱਕ ਬਿਜਲੀ ਛੱਡ ਦੇਣੀ ਉੱਥੇ। ਥੈਂਕ ਯੂ ਬਾਬਾ ਜੀ। ਫਿਰ ਵੀ ਇਸ ਕੇ ਅੰਦਰ ਤੁਰਿਆ ਫਿਰਦਾ ਹੈ? ਉਹ ਜੇ ਲਾਈਟ ਨਾ ਜਾਂਦੀ ਹੁਣ ਨੂੰ ਕੰਮ ਲੋਟ ਹੋਇਆ ਹੁੰਦਾ। ਹੋਰ ਕੀ ਬੇਬੇ? ਹਾਂ ਲਾਤਾ ਬੁੜੇ ਦੇ ਕਰੰਟ ਡਾਕਟਰ ਨੇ। ਨਹੀਂ ਐਵੇਂ ਸੀ ਬਿਮਾਰੀ ਪੈਣਾ, ਨਾ ਅਤਾ ਨਾ ਪਤਾ। ਅਕੇ ਇਸ ਮੈਂ ਬੁੜਾ ਨਹੀਂ ਗਿਆ, ਜੇ ਬੁੜਾ ਨਹੀਂ ਤਾਂ ਉਹਦੀ ਮਾਂ ਦਾ ਖਸਮ ਹੈ। ਗੱਲ ਸੁਣ ਗਏ? ਹਾਂ ਆਪਾਂ ਘਰੇ ਬਿਜਲੀ ਲਾ ਦਿੰਦੇ ਹਾਂ, ਹੈ ਕੀ ਤਾਰਾਂ ਜੋੜ ਕੇ ਸੁੱਚ ਛੱਡ ਦਾਂਗੇ। ਹਾਂ ਬੇਬੇ। ਨਾ ਬੀਬੀ ਨਾ, ਐ ਨਾ ਕਰ, ਮੇਰਾ ਪੁੱਤ ਮਰ ਜੂ। ਇਹ ਵੀ ਠੀਕ ਹੈ, ਮਾਰ ਦਿੰਨੇ ਆ। ਖੈੜਾ ਛੁੱਟੂ, ਆਪਣੇ ਕਿਹੜੇ ਬੰਦਿਆਂ ਦੀ ਘਾਟ ਹੈ, ਗਿੱਟੇ ਨਾਲ ਗਿੱਟੇ ਭਿੜਦੇ ਫਿਰਦੇ ਨੇ। ਉਹਦਾ ਦੁਸ਼ਮਣ ਦਾ ਕੀ ਪਤਾ, ਇੱਕ ਇੱਕ ਕਰਕੇ ਸਾਰਿਆਂ ਨੂੰ ਲੈ ਜੂ। ਆ ਮੰਗਲ ਦਾ ਹਾਲ ਨੀ ਦੇਖਿਆ? ਹਾੜੇ ਬੇਬੇ, ਪਾਦੇ ਝੋਲੀ ਚ ਪੁੱਤ ਨੂੰ। ਨੀ ਮਾਂ ਕਮਲੀ ਨੀ, ਪੁੱਤਾਂ ਨਾਲੋਂ ਪੋਤੇ ਬਾਹਲੇ ਪਿਆਰੇ ਹੁੰਦੇ ਆ। ਮੈਂ ਵੀ ਦਿਲ ਤੇ ਪੱਥਰ ਰੱਖ ਕੇ ਇਹ ਗੱਲ ਕਹੀ ਹੈ। ਬੇਬੇ ਮਾਰਨਾ ਤਾਂ ਕਾਨੂੰ ਹੈ, ਫੇਰ ਵੀ ਭਤੀਜਾ। ਆ ਦਸ ਦਸ ਕਿੱਲੇ ਜ਼ਮੀਨ ਤੁਹਾਡੀ ਵਧੂਗੀ, ਉਹਦੇ ਹਿੱਸੇ ਦੀ ਜ਼ਮੀਨ ਮੈਂ ਤੁਹਾਨੂੰ ਵੱਢਣੀ ਹੈ। ਨਾ ਚਾਚਾ ਨਾ। ਓਏ ਉਹ ਕਾਹਦੇ ਬੰਦੇ ਜੋ ਮਾਂ ਦੀ ਗੱਲ ਹੀ ਨਾ ਰੱਖ ਸਕਣ, ਜਦੋਂ ਰੱਬ ਨੇ ਕਹਿਤਾ ਚੱਕ ਦਿੰਨੇ। ਓਏ ਹੁਣ ਕਾਹਦੀ ਪੰਚਾਇਤ ਕਰੀ ਜਾਂਦੇ ਹੋ ਯਾਰ, ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲਓ। ਚਾਚੀ ਕਰੰਟ ਦਾ ਤਾਂ ਪਤਾ ਹੀ ਨਹੀਂ ਲੱਗਣਾ। ਲੈ ਪਤੰਦਰਾ ਪੀ ਲੈ। ਕੀ ਆ ਬੇਬੇ? ਮੈਂਗੋ ਸ਼ੇਕ ਆ, ਸ਼ੇਰ ਬਣ ਕੇ ਪੀ ਲੈ।
ਕਿਹੜੇ ਕੰਜਰ ਨੇ ਸਿਆਲਾਂ ਚ ਮੈਂਗੋ ਲਾਇਆ? ਮੈਂ ਨੀ ਪੀਂਦਾ, ਲੈ ਜਾ ਮੈਂ ਨੀ ਪੀਂਦਾ, ਲੈ ਜਾ ਚਲੋ 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 ਉਹ ਮੈਨੂੰ ਛੱਡ ਦੋ। ਲਓ ਜੀ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਦਿਓ ਜੀ, ਨਾਨਾ ਜੀ ਦੀ ਅੰਤਮ ਯਾਤਰਾ ਜੀ। ਇਦੋਂ ਮੁੜ ਕੇ ਨਾਨਾ ਜੀ ਨਹੀਂ ਮਿਲਨੇ, ਅੱਜ ਤੁਹਾਨੂੰ ਦਿਖਾ ਦਿੰਨੇ ਆ ਜੀ। ਨਾਨਾ ਜੀ ਦੇ ਸਪਰੇ ਅੰਦਰ ਤੇ ਨਾਨਾ ਜੀ ਸੁੰਡੀ ਵਾਂਗੂ ਹੋਏ ਇਕੱਠੇ। ਆਜੋ ਜੀ ਆਜੋ ਲੈ। ਨਹੀਂ ਬੇਬੇ ਛੱਡ ਦੋ, ਜੇ ਇਹਨੂੰ ਕੁਛ ਹੋ ਗਿਆ ਆਪਾਂ ਸਾਰੇ ਜੇਲ੍ਹ ਚ ਜਾਵਾਂਗੇ, ਨੈਟ ਤੇ ਚਾੜਤਾ ਬੁੱਝ ਜੇ ਨੇ। ਇਦੋਂ ਮੁੜ ਕੇ ਨਾਨਾ ਜੀ ਨਹੀਂ ਜਾਣਾ। ਨਾਨੀ ਮਾਂ ਬਾਈ ਤੇਰੇ ਚੋਂ ਤਾਂ ਨਾਨਾ ਕੱਢਣਗੇ, ਮੇਰੇ ਚੋਂ ਕੀ ਕੱਢਣਗੇ? ਕਲਾਕਾਰ ਯਾਦ ਹੈ ਤੈਨੂੰ ਜਦੋਂ ਮੁਕੰਦ ਦਾ ਵਿਆਹ ਹੋਇਆ ਸੀ, ਮੈਂ ਤੇਰੇ ਨਾਂ ਦੀਆਂ ਬੋਲੀਆਂ ਪਾਈਆਂ ਸੀ। ਉਦੋਂ ਆਪਣਾ ਨਵਾਂ ਨਵਾਂ ਵਿਆਹ ਹੋਇਆ ਸੀ, ਤੇਰਾ ਖੇਤ ਜਾਣ ਨੂੰ ਜੀ ਨਹੀਂ ਕਰਦਾ ਸੀ, ਆਨੀ ਬਹਾਨੀ ਘਰੇ ਆ ਜਾਂਦਾ ਸੀ। ਤੂੰ ਮੇਰਾ ਬੜਾ ਮੋਹ ਕਰਦਾ ਸੀ, ਹੁਣ ਦਿਲ ਤੇ ਹੱਥ ਰੱਖ ਕੇ ਦੱਸ ਵੇ, ਤੈਨੂੰ ਮੇਰਾ ਜਮੇ ਹੀ ਮੋਹ ਨਹੀਂ ਆਉਂਦਾ। ਬੇਬੇ ਕਿਹੋ ਜਿਹੀਆਂ ਗੱਲਾਂ ਕਰੀਆਂ ਨੇ, ਮੈਨੂੰ ਸੰਗ ਆਉਂਦੀ ਆ। ਜਾਣਿਆ ਤੂੰ ਮੇਰਾ ਖਸਮ ਹੈ, ਉਹਨੇ ਤਾਂ ਮੇਰੇ ਸਿਰ ਦੇ ਜੂੰਡੇ ਨਹੀਂ ਜਿੰਨੇ ਮੈਂ ਤੇਰੇ ਕੰਮ ਕੀਤੇ ਨੇ। ਸਾਰੀ ਉਮਰ ਤੂੰ ਮੈਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ, ਆ ਹੱਥ ਜੋੜੇ ਤੇਰੇ ਮੂਹਰੇ ਦੁਸ਼ਮਣਾ, ਹੁਣ ਵਗ ਜਾ। ਬੇਬੇ ਮੈਂ ਨਿੱਕਾ ਹੀ ਆ, ਮੈਂ ਤੈਨੂੰ ਭੈੜੇ ਭੈੜੇ ਬਾਬਿਆਂ ਕੋਲੇ ਲੈ ਕੇ ਜਾਊਂਗੀ। ਤਾਈ ਹਾਂ, ਇਹਨੂੰ ਚਿਮਟੇ ਵਾਲੇ ਬਾਬੇ ਕੋਲੇ ਲੈ ਕੇ ਚੱਲਦੇ ਆ। ਨਹੀਂ ਬੇਬੇ ਮੈਨੂੰ ਪੀਜ਼ਾ ਵਾਲੇ ਬਾਬੇ ਕੋਲ ਲੈ ਜਾਓ। ਤੈਨੂੰ ਖਾਣੀ ਆ ਮੈਂ ਪੀਜ਼ਾ। ਦੱਸ ਕੌਣ ਹੈ ਤੂੰ? ਜੱਟੀ ਨਹੀਂ ਜਾਂਦੀ ਲਾਲਾ ਜੋਰ। ਦੇਖ ਲੈ ਫਿਰ ਤੂੰ ਕਹਿਣਾ ਮੈਂ ਜਾਣਾ ਤੇ ਮੈਂ ਜਾਣ ਨਹੀਂ ਦੇਣਾ। ਤੈਨੂੰ ਬੋਤਲ ਚ ਬੰਦ ਕਰਕੇ 10 ਗਜ਼ ਜ਼ਮੀਨ ਚ ਡੂੰਘਾ ਖੰਨਾ। ਦੱਸ ਦਿਓ ਇਹਨੂੰ ਚਿਮਟਾ ਪ੍ਰਸ਼ਾਦ। ਦੱਸ ਕੌਣ ਹੈ ਤੂੰ? ਮੈਂ ਜੀ ਘਰ ਵਾਲੀ। ਜੈ ਬਾਬਿਆਂ ਦੀ ਚੈਨ ਕੌਰ। ਆਪਦੇ ਬੰਦੇ ਜੀ ਬੜੀ ਬੈਠੀ ਹੈ, ਜਾਂਦੀ ਕਿਉਂ ਨਹੀਂ? ਇੰਨਾ ਮੋਹ ਮੈਂ ਕੋਈ ਨੀ, ਜੇ ਮੈਂ ਇਹਨੂੰ ਛੱਡਤਾ ਇਹਨੇ ਦੂਜੀ ਕਰ ਲੈਣੀ ਹੈ। ਮੈਂ ਨੀ ਕੱਟਣ ਦਿੰਦੀ ਸੁੱਖ ਦੇਣੇ ਨੂੰ।